ਸਾਡਾ ਐਡਾ ਨਹੀਂ ਉੱਥੇ ਵੀ ਉਹ ਕੋਈ ਕੁੜੀਆਂ ਐਵੇਂ ਤੁਰੀਆਂ ਫਿਰਦੀਆਂ ਕਿਤੇ ਵਧੀਆ ਜਾ ਕੇ ਉਹ ਕੰਮ ਕਰਦੀਆਂ ਉਹਨਾਂ ਨੂੰ ਸਿਰ ਖੁਰਕਣ ਦਾ ਬੇਲ ਨਹੀਂ ਮਿਲਦਾ ਸਿਰ ਖੁਰਕਣ ਦਾ ਵੀ ਜੀ ਸਕੂਲ ਉਹ ਉੱਥੇ ਆਪਦੀ ਪੜ੍ਹਾਈ ਕਰਦੀਆਂ ਪੜ੍ਹਾਈ ਤੋਂ ਬਾਅਦ ਜਿੰਨੇ ਘੰਟੇ ਮਿਲਦੇ ਆ ਕੰਮ ਕਰਦੀਆਂ ਜਦੋਂ ਮੈਂ ਟ੍ਰੇਨ 'ਚ ਜਾਂਦਾ ਸੀ ਸਫ਼ਰ ਕਰਦਾ ਸੀ ਉਹ ਜਾਂਦੀਆਂ ਹੋਈਆਂ ਵੀ ਵਿਚਾਰੀਆਂ ਸੁੱਤੀਆਂ ਜਾਂਦੀਆਂ ਸੀ ਤੇ ਆਉਂਦੀਆਂ ਹੋਈਆਂ ਵੀ ਸੁੱਤੀਆਂ ਆਉਂਦੀਆਂ ਸੀ ਟ੍ਰੇਨ 'ਚ ਤਾਂ ਨੀਂਦ ਲਾਉਂਦੀਆਂ ਉਹ ਜੀ ਕਿ ਉਹ ਜਦੋਂ ਸਾਡੇ ਸਾਡੇ ਉਹ ਕਹਿੰਦੇ ਹੁੰਦੇ ਸੀ ਸਕੂਲ 'ਚ ਵੇ ਜਿਹੜੇ ਬੱਚੇ ਆ ਨਾ ਜੇ ਤੁਸੀਂ ਇਹਨਾਂ ਨੂੰ ਟਕਾ ਕੇ ਬਹਾਉਣਾ ਇਹਨਾਂ ਨੂੰ ਇੱਕ ਘੰਟੇ ਖੜਾ ਕੇ ਇਹਨਾਂ ਦਾ ਜੋਰ ਲਵਾ ਦਿਓ ਪੂਰਾ ਤੇ ਇੱਕ ਘੰਟੇ ਬਾਅਦ ਫਿਰ ਉਹ ਹਿਲਦੇ ਨਹੀਂ ਸਾਰਾ ਦਿਨ ਫੇ ਕਨਸਰਟ ਕਿ ਬੈਠ ਕੋਈ ਜੋਰ ਲਵਾਤਾ ਨਰਜੀ ਉਹਨਾਂ ਹੀ ਲਵਾਤੀ ਜੀ ਉੱਥੇ ਤਾਂ ਨਰਜੀ ਉਹ ਕੁੜੀਆਂ ਦੀ ਨੌਜਵਾਨ ਮੁੰਡਿਆਂ ਦੀ ਉਹ ਕੰਪਣੀਆਂ ਹੀ ਲਵਾ ਦਿੰਦੀਆਂ ਜਾਨ ਕੱਢ ਦਿੰਦੀਆਂ ਕੰਮ ਵੇਲੇ ਉਹਨਾਂ ਕੋਲੇ ਰੋਟੀ ਨਹੀਂ ਪਕਾ ਸਕਦੀਆਂ ਘਰੇ ਆ ਕੇ ਰੋਟੀ ਆਉਣ ਲੱਗੀਆਂ ਵਿਚਾਰੀਆਂ ਜਾਂ ਕਿਤੇ ਪੀਜ਼ਾ ਖਰੀਦ ਲਿਆਂਦਾ ਕਿਤੇ ਕੋਸ਼ ਖਰੀਦ ਲਿਆਂਦਾ ਰੋਟੀ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਕਈ ਵਾਰੀ ਹੂੰ ਉਹ ਇਹ ਜੀ ਇਹ ਜੀ ਇਲਤ ਕਿੱਥੋਂ ਕਰ ਲੈਣਗੇ ਜਿਹੜੀਆਂ ਕਹਿੰਦੇ ਕੁੜੀਆਂ ਇਲਤਾਂ ਕਰਦੀਆਂ ਉੱਥੇ ਜਾ ਕੇ ਕੋਈ ਇਹ じゃ ਮਤਲਬ ਨਹੀਂ ਗਾ ਇਹ ਮੈਂ ਨਹੀਂ ਵੇਖਿਆ ਮੈਂ ਕਹਿਦਾ ਤੁਹਾਨੂੰ ਅੱਖਾਂ ਦੇ ਨਾਲ ਕੁਛ ਇਹ ਹੋ ਜਾਵੇ ਹਾਂ ਫਵਾਹਾਂ ਬਦ ਗਿਆ ਆਪਦਾ ਕੁੜੀਆਂ ਕੰਮ ਕਰਦੀਆਂ ਹਾਂ ਇਹ ਗੱਲ ਮੈਂ ਫੇਰ ਕਹਿਣਾ ਬਈ ਔਰਤ ਉੱਥੇ ਜਾ ਕੇ ਆਪ ਦੇ ਆਪ ਨੂੰ ਆਜ਼ਾਦ ਮਹਿਸੂਸ ਕਰਦੀ ਹੈ ਮਰਦ ਬਹੁਤ ਔਖਾ ਮਰਦ ਸਾਰੇ ਔਖੇ ਜਿੰਨੇ ਦੇ ਕੋਲ ਸੁਣਿਆ ਕਿਉਂਕਿ ਜਿਵੇਂ ਸਾਡਾ ਇੱਥੇ ਆਜ਼ਾਦ ਫਿਰਨ ਤੋਂ ਨਹੀਂ ਸੀ ਮੁੰਡਿਆਂ ਦਾ ਤਾਂ ਸੀਗਾ ਕੁੜੀਆਂ ਦਾ ਹੈ ਨਹੀਂ ਸੀ ਕੁੜੀਆਂ ਦਾ ਹਲਟਾ ਉੱਥੇ ਆਜ਼ਾਦ ਹੈ ਤੁਰਨ ਫਿਰਨ ਹਾਂ ਇੱਥੇ ਉਹ ਬੰਦਨ ਚਾ ਉੱਥੇ ਉਹ ਆਜ਼ਾਦ ਸਾਹ ਲੈਂਦੀਆਂ ਫਿਰ ਜਾ ਚ ਕਿਉਂਕਿ ਉਹ ਮੁਲਕ ਇਹੋ ਜਿਹਾ ਹੈ ਇਹ ਨਹੀਂ ਵੀ ਉੱਥੇ ਕੋਈ ਬੇਸਵਾਗਮ ਨਹੀਂ ਕਰਦੀਆਂ ਫਿਰ ਲੀਆਂ ਜਾਂ ਕੋ ਪੰਗੇ ਲੈਂਦੀਆਂ ਉਹ ਵੈਸੇ ਉਹਨਾਂ ਨੂੰ ਉਹਨਾਂ ਵਾਸਤੇ ਇੱਕ ਆਜ਼ਾਦੀ ਹੈ ਵੀ ਜਦੋਂ ਉਹ ਕਮਾਉਣਾ ਵੀ ਉਹਨਾਂ ਨੇ ਆਪ ਆ ਖਰੀਦਣਾ ਵੀ ਉਹਨਾਂ ਨੇ ਆਪ ਆ ਖਾਣ ਪੀਣ ਦੀਆਂ ਚੀਜ਼ਾਂ ਵੀ ਆਪ ਲਿਆਉਣੀਆਂ ਸਾਰਾ ਕੁਝ ਉਹ ਖੁਸ਼ ਆ ਗੱਡੀ ਚ ਲਾਉਂਦੀਆਂ ਗੱਡੀ ਚ ਲਾ ਕੇ ਖੁਸ਼ ਆ ਜਿਹੜੀ ਖੁਸ਼ੀ ਔਰਤ ਨੂੰ ਮਿਲਦੀ ਆ ਉਸ ਕੰਮ ਤੇ ਉਹ ਉੱਥੇ ਮਿਲਦੀ ਆ ਉਹਨਾਂ ਨੂੰ ਹਦੋਂ ਇਹਨਾਂ ਸਮਰ ਆਏ ਹੋ ਤੇ ਤੁਸੀਂ ਕੀ ਕੀ ਅਨੁਭਵ ਦੇਖਿਆ ਜਿੱਥੇ ਕੀ ਕੀ ਮਹਿਸੂਸ ਕੀਤਾ ਉਹਨਾਂ ਦੇ ਪੰਜਾਬੀਆਂ ਬ ਦੇਖੋ ਜੀ ਇੱਕ ਤਾਂ ਮੈਂ ਦੇਖਿਆ ਬਈ ਉੱਥੇ ਜਿਹੜੇ ਸਾਡੇ ਕਯਮਸ ਤੇ ਰਾਂਦੇ ਬੰਦੇ ਗਏ ਆ ਅੱਛਾ ਜੀ ਉਹ ਉੱਥੇ ਵੀ ਆਪਦੀ ਉਸ ਲੀ ਨੂੰ ਉਹਨਾਂ ਨੇ ਚਾਲੂ ਰੱਖਿਆ ਚਾਹੇ ਉਹ ਸ਼ਹੀਦ ਕਰਤਾਰ ਸਿੰਘ ਸਰਾਬੇ ਦਾ ਦਿਨ ਚਾਹੇ ਸ਼ਹੀਦ ਭਗਤ ਸਿੰਘ ਦਾ ਦਿਨ ਚਾਹੇ ਬਾਬੇ ਗਦਰਿਆਂ ਦੇ ਦਿਨ ਚਾਹੇ ਤੋਂ ਨਾ ਹਰੇਕ ਦਿਨ ਉਹ ਮਨਾਉਂਦੇ ਆ ਠੀਕ ਹੈ ਦੂਜਾ ਨੰਬਰ ਵਿੱਚ ਜਿਵੇਂ ਇੱਥੇ ਪੰਡਤ ਬਾਦ ਗਿਆ ਜਦੋਂ ਅਸੀਂ ਗਏ ਆ ਨਾ ਕੈਨੇਡਾ ਮੈਂ ਕੈਨੇਡਾ ਵਾਲਿਓ ਤੁਹਾਨੂੰ ਸੰਬੋਧਨ ਹੋ ਕੇ ਆਖਣਾ ਯਾਰ ਤੁਸੀਂ ਗਏ ਹੋ ਮਿਹਨਤੀ ਬੰਦੇ ਹੋ ਸਾਨੂੰ ਪਤਾ ਬਹੁਤ ਕੁਝ ਉੱਥੇ ਸਿਰ ਜਿਆ ਤੁਸੀਂ ਮੈਂ ਸਿਰਜਿਆ ਹੋਇਆ ਦੇਖ ਕੇ ਆਂ ਜ਼ਮੀਨਾਂ ਵੱਡੀਆਂ ਸਿਰਜਲੀਆਂ ਵੱਡੀਆਂ ਕੋਠੀਆਂ ਦੇ ਮਾਲਕ ਵੀ ਬਣੇ ਆਂ ਵੱਡੀਆਂ ਕਾਰਾਂ ਗੱਡੀਆਂ ਦੇ ਮਾਲਕ ਵੀ ਬਣੇ ਆਂ ਪਰ ਪੰਡਾ ਬਣ ਕੇ ਤੁਸੀਂ ਵਹਿਮ ਦੀਆਂ ਵੀ ਨਾਲ ਲੈ ਗਏ ਉਹ ਵਹਿਮ ਦੀਆਂ ਪੰਡਾ ਵੀ ਉੱਥੇ ਬੰਨੀਆਂ ਹੋਈਆਂ ਮੈਂ ਦੇਖੀਆਂ 20-20 ਟੋਲੇ ਬੀਬੀਆਂ ਨੇ ਜੋਤਿਸ਼ੀਆਂ ਨੂੰ ਦਿੱਤੇ ਵੇ ਸਾਡੇ ਕੋਲੇ ਕੇਸ ਆਇਆ 20-20 ਟੋਲੇ ਅੱਛਾ ਕੈਨੇਡਾ ਵਿੱਚ ਵੀ ਇਹ ਕੁਝ ਹੋ ਰਿਹਾ ਹੈ ਇਹ ਕੁਝ ਕੈਨੇਡਾ 'ਚ ਵੀ ਹੋ ਰਿਹਾ ਵਹਿਮ ਭਰਮਾ ਜਿਹੜਾ ਸਾਡੇ ਵਾਲਾ ਪੰਡਤ ਲਾਣਾ ਉੱਥੇ ਵੀ ਚਲਿਆ ਗਿਆ ਚੁੰਡੀ ਜਾਂਦਾ ਇਹਨਾਂ ਨੂੰ ਚੁੰਡੀਓ ਯਾਨੀ ਉਹ ਜਿਹੜੇ ਗੋਰਿਆ ਤਾਂ ਫਨ ਵਜੋ ਲੈਂਦੇ ਆ ਉਹ ਉਹਨਾਂ ਵਹਿਮ ਨਹੀਂ ਕਰਦੇ ਭਰਮ ਨਹੀਂ ਕਰਦੇ ਫਨ ਵਜੋ ਤਾਂ ਆਪਾਂ ਮਾਤ ਵੀ ਦਿਖਾ ਲੈਣ ਕੋਸ਼ਿਸ਼ ਕਰਦੇ ਪਰ ਸਾਡੇ ਵਾਲੇ ਇੱਕ ਜਿਹੜੀ ਵੱਡੀ ਕਾਮਯਾਬੀ ਪੰਡਤਵਾਦ ਨੂੰ ਮਿਲੀ ਆ ਉਹ ਇਹ ਮਿਲੀ ਆ ਅਸਲ ਚ ਵੀ ਸਾਡੀਆਂ ਜਿਹੜੀਆਂ ਔਰਤਾਂ ਸੀ ਨਾ ਵਿਚਾਰੀਆਂ ਉਹ ਅਸੀਂ ਘਰ ਚ ਰੱਖੀਆਂ ਇੱਥੇ ਜੀ ਉਹਨਾਂ ਨੂੰ ਪਾਸੇ-ਆਸੇ ਸਿੱਖਿਆ ਮਿਲੀ ਘੱਟ ਸਿਲੇਬਸ ਤੋਂ ਬਾਹਰ ਕਿਤਾਬਾਂ ਘੱਟ ਪੜ੍ਹੀਆਂ ਹੋਰ ਗਿਆਨ ਦੀਆਂ ਕਿਤਾਬਾਂ ਉਹਨਾਂ ਨੇ ਵਿਚਾਰੀਆਂ ਨੇ ਘੱਟ ਪੜ੍ਹੀਆਂ ਸਿਲੇਬਸ ਉਹਨਾਂ ਨੇ ਸਾਡੇ ਨਾਲੋਂ ਵੀ ਬਾੜਾ ਪੜ੍ਹਿਆ ਹੁਸ਼ਾਰ ਬਹੁਤ ਸੀ ਉਹਨਾਂ ਦੇ ਵਹਿਮ ਭਰਮ ਦਾ ਜਿਹੜਾ ਪ੍ਰਭਾਵ ਆ ਉਹ ਮਰਦਾਂ ਨਾਲੋਂ ਜ਼ਿਆਦਾ ਆ ਉਸ ਵਜ੍ਹਾ ਕਰਕੇ ਉੱਥੇ ਜਿਹੜੀ ਕਮਾਈ ਕਰਦੀਆਂ ਉਹ ਔਰਤਾਂ ਕਰਦੀਆਂ ਜਿੰਨੇ ਕੇਸ ਤਰਕਸ਼ੀਲ ਸੁਸਾਇਟੀ ਕੋਲੇ ਆਥੇ ਆਏ ਆ ਉੱਥੇ ਮੈਂ ਅਵਤਾਰ ਗੈਲਾ ਸਾਡਾ ਹੋਰ ਸਾਥੀ ਆ ਉਹਨਾਂ ਨੇ ਜਦੋਂ ਮੈਂ ਗੱਲ ਸਾਂਝੀ ਕੀਤੀ ਆ ਜਿੰਨੇ ਵੀ ਤਰਕਸ਼ੀਲ ਸੁਸਾਇਟੀ ਕੋਲੇ ਕੇਸ ਆਂਦੇ ਆ ਉਹ ਬੀਬੀ ਇਹ ਗੱਲ ਕਹਿੰਦੀ ਆ ਜੀ ਮੈਨੂੰ ਤੋਂ ਇੰਨੇ ਪੈਸੇ ਲੈ ਲੈ 12 ਟੋਲੇ ਸੋਨਾ ਲੈ ਲਿਆ ਮੈਨੂੰ ਤੋਂ ਇੰਨੇ ਪੈਸੇ ਖਾ ਲਈ ਉਹ ਕਹਿੰਦੀ ਵੀ ਸਾਨੂੰ ਦੱਸ ਤੂੰ ਹਲਫੀਆ ਬਿਆਂਦੇ ਆਪਾਂ ਡੋਨੇ ਤੈਨੂੰ ਵਾਪਸ ਉਹ ਕਹਿੰਦੀ ਜੀ ਨਹੀਂ ਮੈਂ ਤਾਂ ਘਰ ਤੇ ਆ ਤੂੰ ਚੋ